हां जी फ्रेंड्स ईटीडी ਦੀਆਂ 994 ਪੋਸਟਸ ਸਬੰਧੀ ਆਨਲਾਈਨ ਐਪਲੀਕੇਸ਼ਨ ਨੇ ਜਿਹੜੀਆਂ 17 ਅੱਠ 2022 ਤੋਂ 27 ਸਤੰਬਰ 2022 ਤੱਕ ਮੰਗ ਕੀਤੀ ਜਾਂਦੀ ਹੈ। ਕੈਟਾਗਰੀ ਵਾਈਜ਼ ਵੱਖ-ਵੱਖ ਪੋਸਟਸ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਨਰਲ ਦੀਆਂ 2387 ਹੈ ਅਨੁਸੂਚਿਤ ਜਾਤੀ ਐਮਐਂਡਬੀ ਦੀਆਂ 590 ਇਸ ਤਰ੍ਹਾਂ ਟੋਟਲ ਸਾਰੀਆਂ ਪੋਸਟਸ 994 ਬਣਦੀਆਂ ਨੇ। ਪਰ ਹਜੇ ਇਹਨਾਂ ਪੋਸਟਸ ਸੰਬੰਧੀ ਅਫੀਸ਼ੀਅਲ ਅਨਾਉਂਸਮੈਂਟ ਪੈਂਡਿੰਗ ਹੈ। ਧਿਆਨ ਦਿਓ ਸਾਰੇ ਅਫੀਸ਼ੀਅਲ ਅਨਾਉਂਸਮੈਂਟ ਹਜੇ ਪੈਂਡਿੰਗ ਹੈ। ਅਫੀਸ਼ੀਅਲ ਅਨਾਉਂਸਮੈਂਟ ਜਦੋਂ ਵੀ ਹੋਏਗੀ ਤੁਹਾਨੂੰ ਇਸੇ ਚੈਨਲ ਤੇ ਸੂਚਿਤ ਕਰ ਦਿੱਤਾ ਜਾਏਗਾ। ਠੀਕ ਹੈ ਜੀ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਦਿਓ। ਬੈਲ ਆਇਕਲ ਪੈਸ ਕਰੰਦਾ ਮਤਲਬ ਹੈ ਜਦੋਂ ਵੀ ਅਫੀਸ਼ੀਅਲ ਅਨਾਉਂਸਮੈਂਟ ਹੋਏਗੀ ਜਾਂ ਕੋਈ ਹੋਰ ਪੋਸਟਸ ਆਉਂਦੀਆਂ ਨੇ। ਠੀਕ ਹੈ ਜੀ। ਇਸ ਤੋਂ ਪਹਿਲਾਂ ਆਪਾਂ ਮੈਰਿਟੋਰੀਆ ਸਕੂਲ ਚ ਵਕ ਵਕ ਵਿਸ਼ਿਆਂ ਦੇ 90 ਪੋਸਟ ਸੀ ਜਿਹੜੀਆਂ ਲੈਕਚਰਾਰ ਦੀਆਂ ਉਹਨਾਂ ਦੀ ਕਾਉਂਸਲਿੰਗ ਸੀਗੀ ਉਹਨਾਂ ਦੇ ਸਕਰੂਟੀਨੀ ਆਫ ਡਾਕੂਮੈਂਟਸ ਦੀ ਜਿਹੜੀ ਡਿਟੇਲ ਸੀ ਉਹਨੂੰ ਉਹ ਦੱਸ ਦਿੰਦੀ ਹੈ ਵੀ ਕਿਹੜੇ ਕਿਹੜੇ ਕੈਂਡੀਡੇਟਸ ਨੇ ਕਿਵੇਂ ਕਿਵੇਂ ਜਾਣ ਸਕਰੂਟੀਨੀ ਦੇ ਲਈ ਤੇ ਜਾਣ ਤੋਂ ਪਹਿਲਾਂ ਕਿਹੜੇ ਕਿਹੜੇ ਡਾਕੂਮੈਂਟਸ ਅਪਲੋਡ ਕਰਨੇ ਨੇ ਈਮੇਲ ਆਈਡੀ ਤੇ ਉਹ ਸਾਰੀ ਦੀ ਸਾਰੀ ਵੀਡੀਓ ਹੈ ਜਿਹੜੀ ਉਹ ਤੁਹਾਨੂੰ ਇਸ ਤੋਂ ਪਹਿਲਾਂ ਦੱਸ ਦਿੰਦੀ ਹੈ ਤੇ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੀਆਂ ਠੀਕ ਹੈ ਜੀ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੇ ਜਿਹੜੇ ਡਾਕੂਮੈਂਟ ਕੈਂਡੀਡੇਟ ਦੀ ਸਕਰੂਟੀ ਉਨਾ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਲਿਸਟ ਵੀ ਆਪਾਂ ਅਪਲੋਡ ਕਰ ਦੇਗੇ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਜੇ ਕਿਸੇ ਕੈਂਡੀਡੇਟ ਨੂੰ ਚਾਹੀਦੀ ਹੋਈ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਸਾਰੇ ਦੀਆਂ ਸਾਰੀਆਂ ਵੀਡੀਓਜ਼ ਦੇ ਜਿਹੜੀਆਂ ਤੁਹਾਨੂੰ ਇਸੇ ਚੈਨਲ ਤੇ ਹੀ ਮਿਲਣਗੀਆਂ ਫੋਰ ਏਗਜ਼ਾਮਪਲ ਤੁਸੀਂ ਇਸ ਚੈਨਲ ਨੂੰ ਇਨਫੋ ਬੋਰਡ ਅਲਗੋਰੀਟਮ ਜੋ ਸਰਚ ਕਰੋਗੇ ਪੂਰਾ ਲਿਖਣ ਦੀ ਜਰੂਰਤ ਨਹੀਂ ਹੈ ਇਨਫੋ ਅਬਾਊਟ ਲਿਖੋਗੇ ਤਾਂ ਆਪਣੇ ਆਪ ਸ਼ੋ ਕਰ ਦੇਗਾ ਠੀਕ ਹੈ ਇਸ ਚੈਨਲ ਨੂੰ ਸਰਚ ਕਰ ਲੈਣਾ ਸਰਚ ਕਰਕੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਵਾਰ-ਵਾਰ ਕਹਿੰਦਾ ਮਤਲਬ ਇਹ ਹੈ ਵੀ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ ਸਬਸਕ੍ਰਾਈਬ ਕਰਨ ਤੋਂ ਸਬਸਕ੍ਰਾਈਬ ਕਰਕੇ ਜਾਂ ਘੰਟੀ ਦਾ ਬਟਨ ਨਹੀਂ ਦਬਾਉਂਦੇ ਤਾਂ ਕਿ ਜਦੋਂ ਵੀ ਕੋਈ ਆਪਾਂ ਵੀਡੀਓ ਅਪਲੋਡ ਕਰੀਏ ਪੋਸਟ ਅਪਲੋਡ ਕਰੀਏ ਉਹਦਾ ਮੈਸੇਜ ਪਹੁੰਚ ਜੇ ਇਸ ਲਈ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਿਓ ਇਹਨੂੰ ਕਲਿੱਕ ਕਰੋਗੇ ਇਸ ਦੇ ਹੋਮ ਪੇਜ ਦੇ ਉੱਪਰ ਤਿੰਨ ਚੈਨਲ ਤੁਹਾਨੂੰ ਹੋਰ ਦੇਖਣਗੇ ਪਕਾਤੇ ਰੋ ਨਵਾਂ ਚੈਨਲ ਹੈ ਇਹਨੂੰ ਸਬਸਕ੍ਰਾਈਬ ਸਾਰਿਆਂ ਨੇ ਕਰ ਨਹੀਂ ਕਰਨਾ ਹੈ ਤੇ ਟੈਕਨੀਕਲ ਵੀਡੀਓਜ਼ ਦੇ ਲਈ ਟੈਗ ਗੁਰੂ ਚੈਨਲ ਸਾਰੇ ਦੇ ਸਾਰੇ ਸਬਸਕ੍ਰਾਈਬ ਕਰ ਲਿਓ ਏਜ ਸੰਬੰਧੀ ਜਾਂ ਅਪਲਾਈ ਕਰਨ ਸੰਬੰਧੀ ਜਾਂ ਜਿਵੇਂ ਹੋਣਾ ਈਟੀ ਦੀਆਂ ਪੋਸਟਸ ਜਿਹੜੀਆਂ 90 ਲੈਕਚਰਰ ਦੀਆਂ ਉਹਨਾਂ ਨੇ ਇੱਕ ਪੀਡੀਐਫ ਬਣਾ ਕੇ ਈਮੇਲ ਆਈਡੀ ਤੇ ਅਪਲੋਡ ਕਰਨੀ ਸੀ ਉਹ ਸੰਬੰਧੀ ਕੋਈ ਦਿੱਕਤ ਆਉਂਦੀ ਹੈ ਟੈਕਨੀਕਲ ਸਾਰੀਆਂ ਵੀ ਦਿੱਕਤਾਂ ਨੇ ਜਿਹੜੀਆਂ ਤੁਹਾਨੂੰ ਵੀਡੀਓਜ਼ ਦੇ ਜਿਹੜੀਆਂ ਇਸੇ ਚੈਨਲ ਤੇ ਮਿਲਣਗੀਆਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰਨਾ ਕਿਸੇ ਕੈਂਡੀਡੇਟ ਨੇ ਨਹੀਂ ਭੁੱਲਾ ਦੂਸਰਾ ਜਦੋਂ ਕਿਸੇ ਵੀ ਵੀਡੀਓ ਨੂੰ ਓਪਨ ਕਰੋਗੇ ਉਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਜਿੰਨੇ ਦੇਖ ਰਹੇ ਹੋ ਪਲੀਜ਼ ਲਾਈਕ ਜਰੂਰ ਕਰਿਓ ਇਸ ਦੇ نیچے ਡਿਸਕ੍ਰਿਪਸ਼ਨ ਚ ਲਿੰਕ ਨੇ ਸਾਰੇ ਪੀਡੀਐਫ ਫਾਈਲ ਲਈ ਟੈਲੀਗ੍ਰਾਮ ਚੈਨਲ ਦਾ ਟਵਿੱਟਰ ਕਾਫੀ ਕੈਂਡੀਡੇਟ ਟਵਿੱਟਰ ਯੂਜ਼ ਕਰਦੇ ਨੇ ਪਲੀਜ਼ ਟਵਿੱਟਰ ਇਸ ਲਿੰਕ ਤੇ ਕਲਿੱਕ ਕਰਕੇ ਫੋਲੋ ਕਰੋ ਹੁਣੀ ਫਟਾਫਟ ਇੰਸਟਾਗ੍ਰam ਤੇ ਸਾਰੇ ਫੋਲੋ ਕਰੋ ਇੰਸਟਾਗ੍ਰam ਸਾਰੇ ਦੇਖਦੇ ਨੇ ਇੰਸਟਾਗ੍ਰam ਸਾਰੇ ਫੋਲੋ ਕਰੋ ਜੀ ਦੂਸਰਾ ਫੇਸਬੁਕ ਪੇਜ ਫੇਸਬੁਕ ਗਰੁੱਪ ਹੈ ਜਿਹੜਾ ਉਹ ਵੀ ਲਿੰਕ ਦਿੱਤਾ ਹੋਇਆ ਹੈ ਇਸ ਨੂੰ ਵੀ ਜਾ ਕੇ ਫੋਲੋ ਕਰੋ ਇਨਸਟਾ ਟਵਿੱਟਰ ਠੀਕ ਹੈ ਫੇਸਬੁਕ ਇਹ ਸਾਰੇ ਕਾਮਨ ਨੇਗੇ ਸਾਰੇ ਤੁਸੀਂ ਚਲਾਉਨੇ ਹੋ ਟਵਿੱਟਰ ਵੀ ਕਾਫੀ ਕੈਂਡੀਡੇਟ ਚਲਾਉਂਦੇ ਨੇ ਹਨਾ ਫਟਾਫਟ ਜਾ ਕੇ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਸਪੋਰਟ ਦੀ ਬਹੁਤ ਬਹੁਤ ਜ਼ਰੂਰਤ ਹੈ ਆਪਾਂ ਨੂੰ ਇਸ ਤੋਂ ਬਾਅਦ ਜਿਹੜੀਆਂ ਆਂਗਣਵਾੜੀ ਵਰਕਰਸ ਦੀਆਂ 6000 ਪੋਸਟਸ ਆਉਂਦੀਆਂ ਨੇ ਉਹਨਾਂ ਸੰਬੰਧੀ ਵੀ ਵੀਡੀਓ ਆਪਾਂ ਜਲਦ ਹੀ ਇਸੇ ਚੈਨਲ ਤੇ ਲੈ ਕੇ ਆ ਰਹੇ ਆ ਇੱਕ ਥੈਂਕਸ ਦਾ ਜਿਹੜਾ ਇਹ ਬਟਨ ਹੈਗਾ ਠੀਕ ਹੈ ਜੇ ਕਿਸੇ ਕੈਂਡੀਡੇਟ ਨੂੰ ਲੱਗਦਾ ਵੀ ਤੁਸੀਂ ਥੈਂਕਸ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਬਾਈ ਐਂਡ ਸੈਂਡ ਜ਼ਰੂਰ ਕਰ ਦਿਓ ਠੀਕ ਹੈ ਬਾਕੀ ਜੇਕਰ ਨਹੀਂ ਕਰੋਗੇ ਤਾਂ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਜ਼ਰੂਰੀ ਨਹੀਂ ਜੇ ਕੋਈ ਕਰ ਸਕਦਾ ਤਾਂ ਤੁਹਾਡੀ ਇੱਛਾ ਹੈ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਵੀ ਵਿਲ ਬੀ ਮੀਟ ਇਨ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ 스테ਕ ਕਨੈਕਟਡ ਬਾਏ ਬਾਏ